ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਅਮਿਤ ਸ਼ਾਹ ਚੰਡੀਗੜ੍ਹ ਵਿਖੇ ਕਾਫੀ ਜਗਾਵਾਂ ਦੇ ਇਨੌਗ੍ਰੇਸ਼ਨ ਕਰਨ ਲਈ ਪਹੁੰਚੇ ਹੋਏ ਨੇ ਇਸ ਦੌਰਾਨ ਨੌਜਵਾਨਾਂ ਨੇ ਕਾਲੀ ਛੰਡੀ ਦਿਖਾ ਕੇ ਅਮਿਤ ਸ਼ਾਹ ਦੇ ਭਾਜਪਾ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਕਾਂਗਰਸ ਪਾਰਟੀ ਦੇ ਇਹਨਾਂ ਨੌਜਵਾਨਾਂ ਨੂੰ ਸੈਕਟਰ 37 ਦੇ ਬਾਹਰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿੱਤਾ ਤੁਹਾਨੂੰ ਦੱਸ ਦਿੰਦੇ ਆ ਮਹਿੰਗਾਈ ਅੱਜ ਇੰਨੀ ਕੁ ਵੱਧ ਚੁੱਕੀ ਹੈ ਕਿ ਗਰੀਬ ਬੰਦੇ ਜਾਂ ਮਿਡਲ ਕਲਾਸ ਦੀ ਤਾਂ ਪੂਰੀ ਤਰ੍ਹਾਂ ਨਾਲ ਕਮਰ ਟੁੱਟ ਗਈ ਹੈ ਪੂਰੀ ਤਰ੍ਹਾਂ ਨਾਲ ਮਹਿੰਗਾਈ ਨੇ ਵਾਦੇ ਤੇਲ ਦੇ ਰੇਟਾਂ ਨੇ ਕਚੁੰਬਰ ਘਟ ਕੇ ਰੱਖ ਦਿੱਤਾ ਹੈ ਮਹਿੰਗਾਈ ਨੂੰ ਰੋਕਣ ਲਈ ਜੇਕਰ ਨੌਜਵਾਨਾਂ ਵੱਲੋਂ ਐਦਾਂ ਆਵਾਜ਼ ਚੱਕੀ ਜਾਂਦੀ ਹੈ ਤਾਂ ਉਹਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਰੋਜ਼ ਆਏ ਦਿਨ ਹੀ ਸਾਰੇ ਮੰਤਰੀ ਅਤੇ ਵਿਧਾਇਕ ਕਹਿੰਦੇ ਨੇ ਕਿ ਮਹਿੰਗਾਈ ਦੇ ਵਿਰੁੱਧ ਆਵਾਜ਼ ਚੁੱਕਣੀ ਚਾਹੀਦੀ ਹੈ ਕੀ ਆਵਾਜ਼ ਚੁੱਕਣ ਦਾ ਇਹੀ ਅੰਜਾਮ ਹੁੰਦਾ ਹੈ ਮੌਕੇ ਤੇ ਪਹੁੰਚੀ ਕਾਂਗਰਸ ਦੇ ਵਰਕਰ ਦੀਪਕ ਲਬਾਣਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਪ੍ਰੋਟੈਸਟ ਤਾਂ ਕੀਤਾ ਗਿਆ ਕਿਉਂਕਿ ਭਾਜਪਾ ਸਰਕਾਰ ਮਹਿੰਗਾਈ ਤੇ ਰੋਕਥਾਮ ਲਾਉਣ ਵਿੱਚ ਬਿਲਕੁਲ ਅਸਫਲ ਰਹੀ ਹੈ ਇਸ ਦੇ ਨਾਲ ਹੀ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਬੰਦੇ ਦਾ ਤੇਲ ਕੱਢ ਕੇ ਰੱਖ ਦਿੱਤਾ ਨਾ ਹੀ ਰੋਜ਼ਗਾਰ ਕਿਤੇ ਨਜ਼ਰ ਆ ਰਹੇ ਨੇ ਇਸ ਦੇ ਮੱਦੇਨਜ਼ਰ ਇਹ ਪ੍ਰੋਟੈਸਟ ਕੀਤਾ ਗਿਆ ਤੇ ਭਾਜਪਾ ਸਰਕਾਰ ਤੇ ਅਮਿਤ ਸ਼ਾਹ ਦਾ ਵਿਰੋਧ ਕੀਤਾ ਜਾ ਰਿਹਾ ਚੰਡੀਗੜ੍ਹ ਤੋਂ ਸੋਨੂ ਛੌਂਸਲਾ ਦੀ ਰਿਪੋਰਟ